ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਵੈਵਾ ਜੀ, ਔਰ ਮੈਂ ਆਇਆ ਸੀ ਅੱਜ ਨੀਲਾ ਵਿਲੇਜ ਨੀਲਾ ਦੇ ਅੰਦਰ, ਜਿਹੜਾ ਤੁਹਾਨੂੰ ਮੈਂ ਦਿਖਾਇਆ ਪਹਿਲੇ ਮੰਦਰ ਦਿਖਾਇਆ ਵੇ, ਜਿਹੜਾ ਕਿ ਚੰਦੋਕ ਫੈਮਿਲੀ ਦਾ ਬਣਾਇਆ ਹੋਇਆ ਜਾਂ ਪੰਮੀ ਸ਼ਾਹ ਦਾ ਬਣਵਾਇਆ ਹੋਇਆ ਜਿਹੜਾ ਗੁਰਦੁਆਰਾ ਮੰਦਰ ਹੈ, ਮੈਂ ਉਹ ਦਿਖਾ ਰਿਹਾ। ਲੇਕਿਨ ਸਾਨੂੰ ਨਾਲ ਹੀ ਧਰਮਸ਼ਾਲ ਵੀ ਮਿਲੀ ਹੈ। ਧਰਮਸ਼ਾਲ ਦੇ ਅੰਦਰ ਇਕੋਨ ਕਾਰਡ ਤੋਂ ਬਾਅਦ ਕੁਛ ਗੁਰਮੁਖੀ ਦੇ ਟੈਕਸ ਵੀ ਲਿਖੇ ਹੋਏ ਨੇ। ਅਤੇ ਅੱਜ ਕੱਲ੍ਹ ਪਿੰਡ ਦਾ ਗੁਰਦੁਆਰਾ ਜਿਹੜਾ ਕਿ ਸਾਲ ਦੇ ਵਿੱਚ, ਕਿਉਂਕਿ ਅੱਜ 5000 ਜਿਹੜੀ ਹੈ ਉਹ ਆਬਾਦੀ ਹੈ, ਅਤੇ ਉਸ ਵੇਲੇ ਤਾਂ ਡੈਫੀਨੇਟਲੀ ਫਿਰ ਹੋਰ ਬਹੁਤ ਘੱਟ ਹੋਏਗੀ। 10-12 ਤੋਂ ਜ਼ਿਆਦਾ ਕਾਰ ਨਹੀਂ ਸਨ। ਆਓ ਜਿਹੜੀ ਬਿਲਡਿੰਗ ਹੈ ਇਹ ਬਿਲਡਿੰਗ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਗੁਰਦੁਆਰਾ ਸਾਹਿਬ ਦੀ ਹੈ, ਜਿਹਨੂੰ ਕਿ ਧਰਮਸ਼ਾਲ ਇੱਥੇ ਕਿਹਾ ਜਾਂਦਾ ਹੈ। ਧਰਮਸ਼ਾਲਾ ਦਾ ਗੇਟ ਤੁਹਾਨੂੰ ਦਿਖਾਉਣਾ ਚੱਲਾਂ ਮੈਂ। ਟੋਟਲ 10-1 ਮਰਲੇ ਦੇ ਵਿੱਚ ਸਾਰਾ ਕੁਝ ਬਣਿਆ ਹੋਇਆ। ਇਹ ਗੇਟ ਹੈ ਗੁਰਦੁਆਰਾ ਸਾਹਿਬ ਦਾ। ਔਰ ਫਿਰ ਅਸੀਂ ਚੱਲਦੇ ਹਾਂ ਅੰਦਰ। ਫੁਲਕਾਰੀ ਹੋਈ ਹੋਈ ਹੈ। ਅੰਦਰ ਗਲੇਸ ਸਟਾਈਲ ਨਾਲ ਕੰਮ ਹੋਇਆ ਹੋਇਆ, ਉਹ ਲੱਕੜੀ ਦਾ ਕੰਮ ਬੜਾ ਅੱਛਾ ਹੈ, ਯਾਨੀ ਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ। ਬਿਲਕੁਲ ਸੇਮ ਸਟਾਈਲ ਦੇ ਵਿੱਚ ਦੁਲਤਾਲੇ ਵਾਲਾ ਗੁਰਦੁਆਰਾ, ਔਰ 2-3 ਜਗ੍ਹਾ ਦੇ ਹੋਰ ਗੁਰਦੁਆਰੇ ਜਿਹੜੇ ਨੇ ਬਿਲਕੁਲ ਸੇਮ ਸਟਾਈਲ ਦੇ ਵਿੱਚ ਹੀ ਬਣੇ ਹੋਏ। ਜਿਸ ਤਰ੍ਹਾਂ 3 ਐਂਟਰੈਂਸ ਨੇ, ਬਿਲਕੁਲ ਇਸੇ ਤਰ੍ਹਾਂ ਹੀ ਉਹਨਾਂ ਦੀ ਵੀ 3 ਐਂਟਰੈਂਸ ਹੀ ਸਨ। ਸਾਗਰੀ ਵਾਲੀ ਜਿਹੜੀ ਧਰਮਸ਼ਾਲ ਜਿਹਨੂੰ ਗੁਰਦੁਆਰਾ ਕਿਹਾ ਜਾਂਦਾ ਸੀ, ਉਹ ਵੀ ਇਸੇ ਤਰ੍ਹਾਂ ਹੀ ਹੈ। ਇੱਕ ਛੱਤ ਹੈ ਦੇਖੋ ਤੁਸੀਂ, ਡਿੱਗ ਕੇ ਥੱਲੇ ਰਸਤੇ ਤੱਕ ਬੰਦ ਹੋ ਗਏ ਨੇ। ਬਹੁਤ ਪਿਆਰੀ ਗਲੇ ਸਟਾਈਲਸ, ਸਵੈਲੋ ਅਬਾਬੀਲ ਜਿਹਨੂੰ ਕਹਿੰਦੇ ਨੇ, ਇਹ ਪਰਿੰਦਾ ਬਣਿਆ ਹੋਇਆ, ਔਰ ਟਾਈਲ ਜਿਹੜੀ ਤੁਸੀਂ ਦੇਖ ਸਕਦੇ ਹੋ, ਇੰਗਲੈਂਡ ਔਰ ਇਟਲੀ ਤੋਂ ਆਉਂਦੀ ਸੀ ਉਸ ਵੇਲੇ। ਇਸ ਪਾਸੇ ਵੀ ਇਸੇ ਤਰੀਕੇ ਖਾਲਸਾ ਪੰਥ ਦੀ ਤਾਦਾਦ ਬਹੁਤ ਘੱਟ ਸੀ। ਇੱਕ ਓਨਕਾਰ ਤੋਂ ਬਾਅਦ ਇਹ ਸਾਰੀ ਡਿਟੇਲਸ ਲਿਖੀ ਹੋਈ ਹੈ, ਤੁਸੀਂ ਪਲੀਜ਼ ਪੜ੍ਹ ਕੇ ਫਿਰ ਦੱਸਣਾ ਮੈਨੂੰ। ਉਹ ਸਾਹਮਣੇ ਮੰਦਿਰ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਪਿੰਡ ਨੀਲਾ ਦੇ ਅੰਦਰ ਜਿਹੜਾ ਧਰਮਸ਼ਾਲ ਜਾਂ ਜਿਹਨੂੰ ਛੋਟਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਸੀ, ਇਹ ਉਹ ਜਗ੍ਹਾ ਹੈ।